ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਅਜਮੇਰ ਸਿੰਘ ਦੀਵਾ, ਤੁਸੀਂ ਦੇਖ ਰਹੇ ਹੋ ਮੇਰਾ ਪਿੰਡ ਮੇਰੀ ਸ਼ਾਨ। ਅੱਜ ਅਸੀਂ ਪਹੁੰਚੇ ਹਾਂ ਜਰਗ ਪਿੰਡ 'ਚ ਪਹੁੰਚੇ ਹਾਂ ਅਤੇ ਇੱਧਰ ਗੁਰਦੁਆਰਾ ਸਾਹਿਬ ਆ ਰਿਹਾ। ਇੱਥੇ ਇੱਕ ਚੌਂਤਲਾ ਬਣਾਇਆ ਗਿਆ ਬਾਬਾ ਜੋਨ ਸਿੰਘ ਜੀ ਵੱਲੋਂ, ਜਿਹੜਾ ਕਿ ਚੌਂਤਲਾ ਇਹ 12 ਨੰਬਰ ਹੈ। ਅਤੇ ਇਹਨਾਂ ਨੂੰ ਪਤਾ ਕਰਦੇ ਹਾਂ ਬਾਬਾ ਜੀ ਤੋਂ ਵੀ ਜਿਹੜੇ ਚੌਂਤਲੇ ਨੇ ਇਹ ਹੁਣ ਤੱਕ ਇਹਨਾਂ ਨੇ ਕਿੰਨੇ ਬਣਾਏ ਨੇ। ਆਓ ਤੁਸੀਂ, ਚਲੋ ਅਸੀਂ ਬਾਬਾ ਜੀ ਨਾਲ ਗੱਲ ਕਰਾਉਂਦੇ ਹਾਂ। ਆਓ ਲੈ ਚੱਲਦਾ ਬਾਬਾ ਜੀ ਕੋਲ। ਬਾਬਾ ਜੀ, ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜਿਹੜੇ ਤੁਸੀਂ ਚੌਂਤਲੇ ਬਣਾਉਂਦੇ ਹੋ। ਅੱਛਾ ਜੀ, ਜਿਹੜੇ ਚੌਂਤਲੇ ਨੇ ਹੁਣ ਤੱਕ ਕਿੰਨੇ ਕੁ ਬਣਾ ਚੁੱਕੇ ਹੋ? ਇਹ 12ਵਾਂ ਜੀ। 12ਵਾਂ ਜਿਹੜਾ ਸਭ ਤੋਂ ਪਹਿਲਾਂ ਚੌਂਤਲਾ, ਉਹ ਤੁਸੀਂ ਕਿੱਥੇ ਬਣਾਇਆ ਸੀਗਾ? ਉਹ ਆਪਣੇ ਸਕੂਲ 'ਚ 2 ਬਣਾਏ ਨੇ, 2012 'ਚ। ਜੇ ਗੱਲ ਕਰੀਏ ਜਿਹੜੇ ਚੌਂਤਲਾ ਦੀ, ਇਹ ਚੌਂਤਲੇ ਤੁਸੀਂ ਕਿੱਥੇ ਕਿਹੜੀ ਕਿਹੜੀ ਜਗ੍ਹਾ 'ਤੇ ਬਣਾਏ ਨੇ? 2 ਤਾਂ ਉੱਥੇ ਬਣਾਏ ਨੇ, ਫਿਰ ਬਣਾਇਆ ਆਪਣੇ ਰੋਣ ਵਾਲੇ ਅੱਡੇ ਪੀਆ, ਚੌਥਾ ਫਿਰ ਨਸ਼ੂੜੀ, ਪੰਜਵਾਂ ਗਰੈਲ 'ਚ। 5 ਪੈਸੇ ਹੋ ਗਏ, ਫਿਰ ਆਪਣੀਆਂ ਮੜੀਆਂ 'ਚ, ਉਹ ਪਾਲੀਆਂ 'ਚ, ਥੱਲੇ ਵਾਲੀਆਂ 'ਚ। ਉਦੋਂ ਬਾਅਦ ਫਿਰ 8ਵਾਂ 7ਵਾਂ ਇਹ ਇੱਧਰ ਇੱਧਰ ਮੜੀਆਂ 'ਚ, ਫਿਰ ਆ ਤੁਹਾਡੇ ਵਾਲੀਆਂ ਮੜੀਆਂ 'ਚ, ਫਿਰ ਤੁਹਾਡੇ ਵਾਲਿਆਂ 'ਚ, ਫਿਰ ਆਹ ਆਪਣਾ ਇੱਥੇ ਬਾਬਿਆਂ 'ਤੇ, 2 ਬਾਬਿਆਂ 'ਤੇ ਨੇ ਅੰਦਰ। ਇਹ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਜਿਹੜੇ ਚੌਂਤਲੇ ਬਣਾਉਣ ਦਾ, ਕਿ ਆਈਡੀਆ ਕਿੱਥੋਂ ਆਇਆ ਜੀ? ਆਈਡੀਆ ਮੈਨੂੰ ਆਇਆ, ਅਸੀਂ ਸਾਡੇ ਖੂਹੀ ਖੜੀ ਸੀ, ਖੂਹੀ ਖੜੀ ਹੋਈ, ਉਹ ਮੈਂ ਕਹਿੰਦਾ ਸੀ ਵੀ ਜਿਹੜੀ ਉਹ ਆਪਣੇ ਮਜ਼ਬੀਆਂ ਦੇ ਕੋਲ ਨੇ ਫਰੋਟੇ, ਉਹਨਾਂ ਦੇ ਮਿੱਟੀ ਦੀ ਛੁੱਟੀ, ਅਸੀਂ 2-3 ਪੈਰ ਲੀਆਂ ਬਈ ਉਹਨਾਂ ਦੇ ਆਲੇ ਦੁਆਲੇ ਚੌਂਕ ਨਹੀਂ ਬੰਨੀ। ਖੂਹੀ ਦੇ ਨੂੰ ਮੈਂ ਕਿਹਾ, ਸਰੇ ਕਹਿੰਦਾ ਕਰਨਾ ਕੀ ਆ? ਮੈਂ ਕਈ ਵਾਰ ਕਿਹਾ ਉਹਨੂੰ ਵੀ ਆਪਾਂ ਖੂਹੀ ਦੇ ਜਾਈਏ, ਕਹਿੰਦਾ ਤਾਂ ਕਰਨਾ ਕੀ ਆ? ਮਹਾਂ ਵੀ ਮੇਰੀ ਸਲਾਹ ਵੀ ਆ ਚੌਂਕਲੇ ਬੰਨਦੀਆਂ ਨੇ, ਕਹਿੰਦਾ ਆਪਾਂ ਉਈ ਬੰਨ ਦਾਂਗੇ। ਤਾਂ ਫਿਰ ਉਹਦੇ ਪੁੱਛਿਆ ਤਾਂ ਉਹ ਮੁਕਰੇ, ਕਹਿੰਦੇ ਜੀ ਅਸੀਂ ਨਹੀਂ ਬੰਨਣਾ ਦੇਣਾ। ਫਿਰ ਮੈਂ ਸਕੂਲ 'ਚ ਬੰਨਿਆ, ਫਿਰ ਮੈਂ ਸਕੂਲ 'ਚ ਮੈਨੂੰ ਮਾਸਟਰਾਂ ਨੇ ਵੀ ਮੇਰੇ ਲੱਗਿਆ ਤਾ, ਉਹ ਕਹਿੰਦੇ ਨਾ ਜੀ ਫਿਰ ਬੰਦੇ ਬੈਠਣ ਲੱਗ ਜਾਂਗੇ। ਫਿਰ ਭਾਈ ਜਦ ਆਪਣੇ ਬਾਜੀ ਸੀ, ਅਸੀਂ ਪੈਸੇ ਇਕੱਠੇ ਕਰਦੇ ਸੀ, 5-6 ਬੰਦੇ ਸੀਗੇ, ਫਿਰ ਮੈਂ ਸਿੱਧਾ ਹੀ ਲਿਆ, ਮੈਂ ਵੀ ਆ ਜਾਓ ਉਹਦੇ ਨੂੰ ਆਪਾਂ ਨੇ ਕੋਈ ਕੰਮ ਕਰ ਲਿਆ। ਫਿਰ ਮਾਸਟਰ ਬਣਾਇਆ, ਫਿਰ ਬੰਨੇ ਦੋ। ਜਿਹੜਾ ਸਭ ਤੋਂ ਪਹਿਲਾਂ ਚੌਂਤਲਾ, ਉਹ ਤੁਸੀਂ ਕਿਹੜੀ ਜਗ੍ਹਾ 'ਤੇ ਬਣਾਇਆ ਸੀਗਾ? ਆਪਣੇ ਉਹ ਜਿਹੜੀ ਪਿੱਪਲੀ ਆ ਬੜੀ, ਉਹਦੀ ਦੂਏ ਨਾਲ ਆਪਣੇ ਦੀਵਾ ਮਲੇਰ ਦੀਵਾ ਮਲੇਰ ਵਾਲੀ ਆ, ਉਹ ਖੁਸ਼ੀ ਵਾਲਾ ਬੰਦਾ। ਜਿਹੜੇ ਇਹ ਚੌਂਤਲੇ ਨੇ, ਇਹ ਤੁਸੀਂ ਤਕਰੀਬਨ ਕਿੰਨੇ ਕੁ ਹੋਰ ਬਣਾਉਣੇ ਆ ਜੀ? ਅਜੇ ਕੋਈ ਪਤਾ ਨਹੀਂ, ਜਿੰਨਾ ਕੁ ਜ਼ਿੰਦਗੀ ਹੈ ਮੈਂ ਤਾਂ ਹਮੇਸ਼ਾ, ਚਾਹੇ 2 ਬਣ ਜਾਂ ਚਾਹੇ 1 ਬਣ ਜਾਏ, ਬਣਾਊਂਗਾ ਜੇ ਜਾਣੀ ਸਰੀਰ ਕਾਇਮ ਰਿਹਾ। ਤੁਹਾਡਾ ਇਹ ਸਪਨਾ ਵੀ ਹਰੇਕ ਸਾਲ ਇੱਕ ਚੌਂਤਲਾ ਪਾਉਣਾ ਹੀ ਆ? ਬਣਾ ਸਕਦਾ ਜੇ ਨਹੀਂ ਸਰੀਰ ਦੇ, ਜੇ ਸਰੀਰ ਯਾਦ ਦਊ ਬਣਾਉਂਗੇ ਬਣਾਉਂਗੇ। ਜੇ ਗੱਲ ਕਰੀਏ ਉਰੇ ਜਰਗ ਚੌਂਤਲਾ ਪਾਉਣ ਦੀ, ਇਹ ਤੁਹਾਨੂੰ ਜਰਗ ਚੌਂਤਲਾ ਪਾਉਣ ਵਾਸਤੇ ਕਿਸੇ ਨੇ ਕਿਹਾ ਸੀ ਜਾਂ ਤੁਸੀਂ ਆਪਣੇ ਦਿਲੋਂ ਹੀ ਇੱਥੇ ਸੋਚ ਰਹੇ ਇੱਥੇ ਪਾਉਣਾ? ਹੋਈ ਤੀ ਗੱਲ, ਉਹ ਜਿਹੜਾ ਆਪਣੇ ਗੱਭੇ ਖੜਾ ਦੋਹਾਂ ਸੜਕਾਂ 'ਤੇ, ਆਹ ਹਰਿੰਦਰ ਦੀ ਦੁਕਾਨ ਤੋਂ ਬਰੋਟਾ, ਉੱਥੇ ਦੀ ਗੱਲ ਕਰੀ ਤੀ। ਚੱਲ ਮੈਂ ਉੱਥੇ ਪੁੱਛਿਆ, ਉਹ ਕੋਈ ਮੈਨੂੰ ਕਿਸੇ ਕੋਲ ਨਾ ਮਿਲਿਆ। ਚੱਲ ਫਿਰ ਭਾਈ ਮੈਂ ਇੱਥੇ ਗੱਲ ਕਰਤੀ ਇੱਕ ਕੁੜੀ ਕੋਲ, ਮਹਾਂ ਭਾਈ ਇਹ ਤੁਹਾਡੇ ਘਰ ਦੇ ਆਉਣ ਦਾ ਆਏ ਬੰਦਿਆਂ ਨਾਲ ਸਹਿਮਤ ਨੇ ਵੀ ਮੇਰੀ ਸਲਾਹ ਵੀ ਉੱਥੇ ਬਰੋਸਾ ਉਹਦੇ ਚੌਂਕੜੀ ਬੰਨੀ। ਚੱਲ ਜੀ, ਉਹ 2 ਦਿਨ ਇੱਥੇ ਅੱਗੋਂ ਇੱਥੇ ਖੜੀ ਰਹੀ, ਬੱਸ ਨਾ ਆਈ, ਬੱਸ ਨਾ ਆਈ, ਉਹ ਖਾਸੇ ਔਖੀ ਹੋ ਗਈ। ਉਹ ਕਹਿੰਦੀ ਬਾਪੂ ਵੀ ਅਸੀਂ ਸਲਾਹ ਕਰੀਏ ਵੀ ਜੇ ਤੂੰ ਇੱਥੇ ਬਣਾ ਦੇ, ਮੈਂ ਭਾਈ ਮੈਂ ਤਾਂ ਬਣਾ ਦੂੰ, ਮੈਨੂੰ ਤਾਂ ਕੋਈ ਲਿਖਿਆ ਨਹੀਂ, ਪਰ ਤੁਸੀਂ ਇਹ ਸਹਿਮਤ ਹੋਣ, ਕਹਿੰਦੀ ਮੈਂ ਸਹਿਮਤ ਮੈਂ ਕਰੂੰ। ਫਿਰ ਭਾਈ ਇੱਥੇ ਜਿਵੇਂ ਗੱਲ ਕਰੇ ਵੀ ਇੱਧਰ ਇੱਕ ਪਾਸੇ ਸਕੂਲ ਆ, ਕੋਈ ਸਕੂਲ ਵਾਲੇ ਇਹਦੇ ਨੇ ਕੁਛ ਕੋਈ ਰੋਕ ਟੋਕ ਕੀਤੀ ਹੈਗੀ? ਸਕੂਲ ਵਾਲਿਆਂ ਨੇ ਪੁੱਛ ਕੇ ਕਰਿਆ, ਸਕੂਲ ਵਾਲਿਆਂ ਨੇ ਪੁੱਛਿਆ, ਬਾਬਿਆਂ ਨੇ ਪੁੱਛਿਆ, ਸਾਰਿਆਂ ਨੇ ਪੁੱਛ ਕੇ ਫਿਰ ਕੰਮ ਕਰਿਆ। ਜੇ ਗੱਲ ਕਰੀਏ ਪਰਿਵਾਰ ਦੀ, ਇਹ ਚੌਂਤਲੇ ਪਾਉਣ ਦੇ ਪਰਿਵਾਰ ਤੁਹਾਨੂੰ ਕਿੰਨਾ ਸਹਿਯੋਗ ਦੇ ਰਿਹਾ? ਪਰਿਵਾਰ ਸਾਰਾ ਹੀ, ਸਾਰਾ ਜਿੰਨੇ ਮੰਗਦਾ ਉਹਨੇ ਮਿਲਦਾ ਜੀ। ਵਿੱਚ ਵਿੱਚ ਹੁੰਦੇ ਨਾ ਕਈ ਵਾਰ ਪਰਿਵਾਰ ਵਿੱਚ ਆਪਣੇ ਮਨ ਦੇ ਕੁਛ ਹੋਰ ਹੁੰਦਾ, ਪਰਿਵਾਰ ਕਹਿੰਦੇ ਨੇ ਵੀ ਵੀ ਸਾਡੇ ਬਾਪੂ ਜੀ ਜਾਂ ਖਰਚਾ ਕਰੀ ਜਾਂਦੇ ਨੇ, ਉਸ ਤਰ੍ਹਾਂ ਦੀ ਵੀ ਪਰਿਵਾਰ ਦੀ ਗੱਲਬਾਤ? ਅੱਜ ਸਹੀ ਦਾ ਕੋਈ ਹੈ ਨਹੀਂ, ਕੱਲ੍ਹ ਦਾ ਪਤਾ ਨਹੀਂ। ਅੱਜ ਤਾਂ ਪਹਿਲਾਂ ਮੈਂ ਜੁਗੇ 'ਤੇ 12-9 ਹਜ਼ਾਰ ਲਿਆ ਸੀ, ਫਿਰ ਕੱਲ੍ਹ ਇਹਨੇ 5 ਦੇ ਦਿੱਤਾ 90 ਵਾਲੇ ਨੇ। ਪੈਸੇ ਤਾਂ ਆਪਾਂ ਨੂੰ ਆਉਂਦੇ ਨੇ ਪਾਈ ਜਾਂਦੇ, ਅੱਜ ਪਾਉਂਦੇ ਨੇ ਕੱਲ੍ਹ ਦਾ ਪਤਾ ਨਹੀਂ। ਹਾਂ
नौजवान पीढ़ी नूं की संदेश देना चाहुंदे हो? मैं तो कहना भाई यह कुछ कर, मैं हम दरख्तों का पानी जाके पाँगा रहा हूँ, ऐतकी चार गिल पाता चौंकड़ी बनाई है, मैं चार गिल ऐतकी पानी पाता हूँ। मैं तो कहना यह भाई जोर लगता कर कम बस यह कर सकते हम अपन होर इन्ना नहीं कुछ आता है अपन आपके बारे में भाई मैं तो भाई कहना भी हाँ जिन्ना बन जीवन बना मन ठीक है नहीं अपन होर किसी बारे कोई पता नहीं पानी चाहिए भी फलाना करता भी आज मेरे चित है भी जिन्या बन जान थोड़िया ने। देखो जी ये सन बाबा जोन सिंह जी जिन्होंने के एक मन के बहुत बड़ा सपना भी हरेक साल एक चौंतरा बनाना ही बनाना भी जेकर हो सके कहते भी साल के पिछले दो भी चौंतरे बनावे क्योंकि इन्होंने कहा भी साडा परिवार भी बहुत साडा सहयोग दे रहे हैं। तो तुहानू ये वीडियो साड़ी किस तरह की लगी तुसी अपने कमेंट करके जरूर दस्यो, इस वीडियो में वध तो वध शेयर करो। बहुत बहुत धन्यवाद।